ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਸਵਾਲ ਕੀਤੇ ਸਵਾਲ ਬੜੇ ਵਧੀਆ ਕੀਤੇ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕੀ ਸਟੈਂਡ ਰਿਹਾ ਕਿਸਾਨੀ ਸੰਘਰਸ਼ ਦੇ ਉੱਤੇ ਅਤੇ ਜਿਹੜੇ ਤਿੰਨ ਕਾਨੂੰਨ ਨੇ ਬਣੇ ਉਹਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਰੋਲ ਬਾਰੇ ਵੀ ਕਿੰਤੂ ਪਰੰਤੂ ਕੀਤਾ ਪਰ ਮੈਨੂੰ ਬੜੀ ਹੈਰਾਨੀ ਵੀ ਹੁੰਦੀ ਹੈ ਦੁੱਖ ਵੀ ਹੁੰਦਾ ਹੈ ਕਿ ਜਿਹੜੇ ਉਹਨਾਂ ਨੇ ਜਵਾਬ ਦਿੱਤੇ ਨੇ ਉਹ ਨਿਰਾ ਝੂਠ ਲੋਕਾਂ ਨੂੰ ਅੱਜ ਵੀ ਉਹ ਗੁੰਮਰਾਹ ਕਰਨ ਲੱਗੇ ਹੋਏ ਨੇ ਤੁਸੀਂ ਚੱਕਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਖਬਰ ਸੁਖਬੀਰ ਸਿੰਘ ਬਾਦਲ ਦੇ 100 ਦਿਨਾਂ ਦੌਰੇ ਨਾਲ ਜੁੜੀ ਹੋਈ ਹੈ ਦਰਅਸਲ ਸੁਖਬੀਰ ਸਿੰਘ ਬਾਦਲ ਯਾਤਰਾ 'ਤੇ ਨਿਕਲੇ ਨੇ ਅਤੇ ਵੱਖ ਵੱਖ ਹਲਕਿਆਂ ਦੇ ਵਿੱਚ ਜਾ ਕੇ ਚੋਣ ਮੁਹਿੰਮ ਨੂੰ ਤੇਜ਼ ਕਰਨ ਅਤੇ ਵਰਕਰਾਂ ਦੇ ਵਿੱਚ ਜਾਨ ਫੂਕਣ ਲਈ 100 ਦਿਨਾਂ ਦੌਰੇ 'ਤੇ ਨਿਕਲੇ ਨੇ ਜਿਸ ਨੂੰ ਲੈ ਕੇ ਉਹ ਬੀਤੇ ਕੱਲ੍ਹ ਗੁਰੂ ਹਰਸਰਾਏ ਪਹੁੰਚੇ ਸੀਗੇ ਸ਼੍ਰੀ ਗੁਰੂ ਹਰਸਰਾਏ ਪਹੁੰਚੇ ਸੁਖਬੀਰ ਸਿੰਘ ਬਾਦਲ ਦਾ ਜਦੋਂ ਕਿਸਾਨਾਂ ਨੇ ਵਿਰੋਧ ਕੀਤਾ ਤਾਂ ਉਹਨਾਂ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਗੱਲਬਾਤ ਕੀਤੀ ਜਿਸ 'ਤੇ ਹੁਣ ਹਮਲਾ ਕੀਤਾ ਹੈ ਪਰਮਿੰਦਰ ਸਿੰਘ ਢੀਂਡਸਾ ਨੇ ਪਰਮਿੰਦਰ ਸਿੰਘ ਢੀਂਡਸਾ ਕਦੇ ਸੁਖਬੀਰ ਬਾਦਲ ਦੇ ਬਹੁਤ ਖਾਸ ਸੀਗੇ ਜਦੋਂ ਢੀਂਡਸਾ ਪਰਿਵਾਰ ਵੱਖ ਹੋਇਆ ਤਾਂ ਉਦੋਂ ਵੀ ਪਰਮਿੰਦਰ ਸਿੰਘ ਢੀਂਡਸਾ ਸੁਖਬੀਰ ਬਾਦਲ ਦੇ ਨਾਲ ਖੜ੍ਹੇ ਰਹੇ ਸੀਗੇ ਪਰ ਆਖਿਰਕਾਰ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਦੂਰੀ ਬਣਾਈ ਅਤੇ ਅਕਾਲੀ ਦਲ ਤੋਂ ਵੱਖ ਹੋ ਆਪਣੇ ਪਿਤਾ ਦੇ ਨਾਲ ਤੁਰ ਪਏ ਅਤੇ ਹੁਣ ਪਰਮਿੰਦਰ ਸਿੰਘ ਢੀਂਡਸਾ ਨੇ ਸੁਖਬੀਰ ਬਾਦਲ 'ਤੇ ਤੰਜ ਕੱਸੇ ਨੇ ਉਹਨਾਂ ਨੇ ਕਿਸਾਨਾਂ ਦੇ ਨਾਲ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਜਿਹੜੇ ਹੈ ਉਹ ਸੁਖਬੀਰ ਸਿੰਘ ਬਾਦਲ 'ਤੇ ਲਗਾਏ ਅਤੇ ਉਹਨਾਂ ਨੂੰ ਦੋ ਸਵਾਲ ਪੁੱਛੇ ਉਹਨਾਂ ਕਿਹਾ ਕਿ ਜਦੋਂ ਤੁਸੀਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਸੀਗਾ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਤੁਸੀਂ ਕਹਿ ਰਹੇ ਹੋ ਵੋਟ ਪਾਈ ਸੀਗੀ ਜੇਕਰ ਵੋਟ ਪਾਈ ਸੀਗੀ ਤਾਂ ਵਿਰੋਧ ਦੇ ਦੋ ਤਰੀਕੇ ਸੀਗੇ ਜਾਂ ਤਾਂ ਲਿਖਤੀ ਤੌਰ 'ਤੇ ਵਿਰੋਧ ਹੁੰਦਾ ਹੈ ਜਾਂ ਫਿਰ ਮੂੰਹ ਤੋਂ ਬੋਲ ਕੇ ਵਿਰੋਧ ਹੁੰਦਾ ਹੈ ਉਹਨਾਂ ਕਿਹਾ ਕਿ ਜੇਕਰ ਲਿਖਤੀ ਤੌਰ 'ਤੇ ਵਿਰੋਧ ਕੀਤਾ ਸੀਗਾ ਤਾਂ ਕਿਤੇ ਲਿਖਿਆ ਦਿਖਾ ਦਿਉ ਜੇਕਰ ਬੋਲ ਕੇ ਵਿਰੋਧ ਕੀਤਾ ਵਾ ਤਾਂ ਉਹਨਾਂ ਕਿਹਾ ਕਿ ਜੋ ਵੀ ਬੈਠਕਾਂ ਹੁੰਦੀਆਂ ਨੇ ਜਾਂ ਫਿਰ ਕਿਤੇ ਵੀ ਜੇਕਰ ਵਿਰੋਧ ਕੀਤਾ ਹੈ ਤਾਂ ਸਭ ਕੁਛ ਰਿਕਾਰਡਿੰਗ ਹੁੰਦੀ ਹੈ ਕੋਈ ਅਜਿਹਾ ਪਰੂਫ ਜਿਹੜਾ ਉਹ ਸੁਖਬੀਰ ਬਾਦਲ ਹੋਣੀ ਆ ਅਕਾਲੀ ਦਲ ਦਿਖਾ ਦੇਵੇ ਜਿੱਥੇ ਉਹਨਾਂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਸੀ ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਦਾ ਅਕਾਲੀ ਦਲ ਸਮਰਥਨ ਕਰਦਾ ਰਿਹਾ ਹੈ ਕੀ ਕਿਹਾ ਪਰਮਿੰਦਰ ਢੀਂਡਸਾ ਨੇ ਤੁਹਾਨੂੰ ਸੁਣਾਉਂਦੇ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੇ 100 ਦਿਨਾਂ ਦੌਰੇ ਦੇ ਦੂਜੇ ਦਿਨ ਗੁਰੂ ਹਰਸਹਾਏ ਗਏ ਸੀ ਜਿੱਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਸਵਾਲ ਕੀਤੇ ਸਵਾਲ ਬੜੇ ਵਧੀਆ ਕੀਤੇ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕੀ ਸਟੈਂਡ ਰਿਹਾ ਕਿਸਾਨੀ ਸੰਘਰਸ਼ ਦੇ ਉੱਤੇ ਅਤੇ ਜਿਹੜੇ ਤਿੰਨ ਕਾਨੂੰਨ ਨੇ ਬਣੇ ਉਹਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਰੋਲ ਬਾਰੇ ਵੀ ਕਿੰਤੂ ਪਰੰਤੂ ਕੀਤਾ ਪਰ ਮੈਨੂੰ ਬੜੀ ਹੈਰਾਨੀ ਵੀ ਹੁੰਦੀ ਹੈ ਦੁੱਖ ਵੀ ਹੁੰਦਾ ਹੈ ਕਿ ਜਿਹੜੇ ਉਹਨਾਂ ਨੇ ਜਵਾਬ ਦਿੱਤੇ ਨੇ ਉਹ ਨਿਰਾ ਝੂਠ ਝੂਠ ਤੋਂ ਬਿਨਾਂ ਕੁਛ ਵੀ ਨਹੀਂ ਲੋਕਾਂ ਨੂੰ ਅੱਜ ਵੀ ਉਹ ਗੁੰਮਰਾਹ ਕਰਨ ਲੱਗੇ ਹੋਏ ਨੇ ਵੀ ਅਸੀਂ ਜੀ ਬੜਾ ਸਾਥ ਦਿੱਤਾ ਕਿਸਾਨੀ ਸੰਘਰਸ਼ ਦਾ ਅਸੀਂ ਤਾਂ ਆਪਣੀਆਂ ਅਸਤੀਫੇ ਦੇ ਤੇ ਕਿਉਂਕਿ ਕਾਨੂੰਨ ਜਿਹੜਾ ਬਣਿਆ ਉਹ ਜਦ ਕੈਬਨਿਟ ਦੇ ਵਿੱਚ ਆਰਡੀਨੈਂਸ ਬਣ ਗਿਆ ਉਦੋਂ ਇਹ ਕਾਨੂੰਨ ਬਣ ਗਿਆ ਸੀ ਕਿਉਂਕਿ ਆਰਡੀਨੈਂਸ ਉਦੋਂ ਲਿਆਤਾ ਜਾਂਦਾ ਹੈ ਜਦ 6 ਮਹੀਨੇ ਲਈ ਸੈਸ਼ਨ ਨਾ ਆਉਣਾ ਹੋਵੇ ਅਤੇ ਜਲਦੀ ਕਾਨੂੰਨ ਲਿਆਉਣ ਦੀ ਜ਼ਰੂਰਤ ਹੋਵੇ ਅਤੇ ਉਦੋਂ ਜਦ ਕਾਨੂੰਨ ਲਿਆਂਦਾ ਤਾਂ ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਪੂਰਾ ਜ਼ੋਰਦਾਰ ਢੰਗ ਨਾਲ ਇਹਦਾ ਸਮਰਥਨ ਕੀਤਾ ਸੀ ਉਹਨਾਂ ਦੇ ਬਿਆਨ ਵੀ ਆਏ ਸਾਰਾ ਕੁਛ ਆਇਆ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਦੋ ਸਵਾਲ ਕਰਨਾ ਚਾਹੁੰਦਾ ਜਿਹੜਾ ਮੈਂ ਸਮਝਦਾ ਹਾਂ ਜਾਂ ਉਹ ਜਵਾਬ ਦੇਣ ਜਾਂ ਉਹਨਾਂ ਦੇ ਜਿਹੜੇ ਕੋਈ ਵੀ ਨੁਮਾਇੰਦੇ ਜਿਹੜੇ ਨੇ ਉਹ ਜਵਾਬ ਦੇ ਦੇਣ ਉਹ ਪਹਿਲਾ ਇਹ ਹੈ ਕਿ ਜਦ ਵੀ ਤੁਸੀਂ ਕਿਸੇ ਕਾਨੂੰਨ ਦਾ ਵਿਰੋਧ ਕਰਦੇ ਹੋ ਕੈਬਨਿਟ ਦੇ ਵਿੱਚ ਕੈਬਨਿਟ ਦਾ ਨੁਮਾਇੰਦਾ ਹੋਣ ਦੇ ਨਾਤੇ ਉਹਦੇ ਦੋ ਤਰੀਕੇ ਨੇ ਜਾਂ ਤਾਂ ਤੁਸੀਂ ਲਿਖਤੀ ਡਿਸੈਂਟ ਨੋਟ ਉੱਤੇ ਲਿਖ ਕੇ ਆਓ ਵੀ ਅਸੀਂ ਆਹ ਕਾਰਨਾਂ ਕਰਕੇ ਇਹਦਾ ਵਿਰੋਧ ਕਰ ਰਹੇ ਹਾਂ ਇਹ ਜਿਹੜਾ ਪਾਸ ਨਹੀਂ ਹੋਣਾ ਚਾਹੀਦਾ ਜਾਂ ਤੁਸੀਂ ਬੋਲ ਕੇ ਉੱਥੇ ਉਹਦਾ ਵਿਰੋਧ ਕਰੋ ਇਹ ਦੋਨੇ ਸੂਰਤ ਦੇ ਵਿੱਚ ਕਿਉਂਕਿ ਕੈਬਨਿਟ ਕੋਈ ਛੋਟੀ ਮੋਟੀ ਮੀਟਿੰਗ ਨਹੀਂ ਦੇਸ਼ ਦੀ ਸਭ ਤੋਂ ਵੱਡੀ ਜੇ ਅਹਿਮ ਜਿਹੜੀ ਹੈਗੀ ਮੀਟਿੰਗ ਹੁੰਦੀ ਹੈ ਉਹ ਕੈਬਨਿਟ ਦੀ ਹੁੰਦੀ ਹੈ ਉਹਦੇ ਹਰ ਮਿੰਟ ਦੀ ਰਿਕਾਰਡਿੰਗ ਕੀਤੀ ਜਾਂਦੀ ਹੈ ਵੀ ਕਿਹੜੇ ਮੰਤਰੀ ਨੇ ਕੀ ਉੱਥੇ ਪੁੱਛਿਆ ਕੀ ਉਹਨੇ ਸਟੈਂਡ ਲਿਆ ਕੀ ਬੋਲਿਆ ਅਤੇ ਉਹ ਸਾਰੀ ਉਹ ਜਿਹੜੀ ਕੈਬਨਿਟ ਦੀ ਮੀਟਿੰਗ ਦੇ ਮਿਨਟਸ ਉਹ ਜਾਰੀ ਕਰਵਾ ਦੇਣ ਦੱਸ ਦੇਣ ਵੀ ਅਸੀਂ ਡਿਸੈਂਟ ਨੋਟ ਦਿੱਤਾ ਸੀ ਇਹ ਝੂਠ ਬੋਲ ਕੇ ਕੰਮ ਨਹੀਂ ਸਰਨਾ ਵੀ ਅਸੀਂ ਤਾਂ ਉੱਥੇ ਬੋਲਿਆ ਸੀਗਾ ਜੀ ਤਾਂ ਉਹਦਾ ਸਾਡੀ ਮੰਨੀ ਨਹੀਂ ਗਈ
ਅਤੇ ਦੂਜੀ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਇਕੱਲੇ ਦੋ ਬੰਦੇ ਸੀ ਜਿਨ੍ਹਾਂ ਨੇ ਉਹਦੇ ਉਲਟ ਵੋਟ ਪਾਈ ਕਾਨੂੰਨ ਦੇ, ਬਾਕੀ ਸਾਰੇ ਹੱਕ ਜਿਹੜਾ ਹੈ ਵਾਕਆਊਟ ਕਰ ਗਏ। ਜਿਹੜੀ ਵੋਟਾਂ ਪੈਂਦੀਆਂ ਉਹਦਾ ਵੀ ਉੱਥੇ ਲਿਖਿਆ ਹੁੰਦਾ ਵੀ ਵੋਟ ਪਈ ਕਿੰਨੀਆਂ ਵੋਟਾਂ ਹੱਕ 'ਚ ਪਈਆਂ ਕਿੰਨੀਆਂ ਉਲਟ ਪਈਆਂ। ਸਰਦਾਰ ਸੁਖਬੀਰ ਸਿੰਘ ਬਾਦਲ ਇਹ ਦੱਸ ਦੇਣ ਵੀ ਜਿਹੜੀ ਕਾਨੂੰਨਾਂ ਦੇ ਉੱਤੇ ਵੋਟਿੰਗ ਹੋਈ ਉਹਦੇ ਵਿੱਚ ਕਾਨੂੰਨਾਂ ਦੇ ਹੱਕ 'ਚ ਕਿੰਨੀਆਂ ਵੋਟੀਆਂ ਪਈਆਂ ਅਤੇ ਵਿਰੋਧ 'ਚ ਕਿੰਨੀਆਂ ਪਈਆਂ ਉੱਥੇ ਵੀ ਪਤਾ ਚੱਲ ਜੂ। ਵੀ ਜੇ ਵੋਟਾਂ ਪਈਆਂ ਤਾਂ ਫਿਰ ਇਹਨਾਂ ਨੇ ਵੋਟ ਪਾਈ ਉਹ ਵੀ ਪਤਾ ਚੱਲ ਜੂ, ਉੱਥੇ ਵੋਟਿੰਗ ਹੀ ਨਹੀਂ ਹੋਈ। ਉਹ ਤਾਂ ਉਹਨਾਂ ਨੇ ਸਰਬਸੰਮਤੀ ਦੇ ਨਾਲ ਬਿੱਲ ਧੱਕੇ ਨਾਲ ਪਾਸ ਕੀਤਾ, ਕੋਈ ਉੱਥੇ ਵੋਟ ਨਹੀਂ ਪਈ। ਜੇ ਵੋਟ ਪਈ ਆ ਸਾਨੂੰ ਦੱਸ ਦੇਣ ਵੀ ਕਿੰਨੀਆਂ ਵੋਟਾਂ ਉਲਟ ਪਈਆਂ। ਸੋ ਮੈਂ ਇਹ ਸਮਝਦਾ ਕਿ ਅੱਜ ਵੀ ਇਹ ਆਪਣੀ ਗਲਤੀਆਂ ਮੰਨਣ ਦੀ ਬਜਾਏ ਸਿਰਫ ਅਤੇ ਸਿਰਫ ਪੰਜਾਬ ਵਿੱਚ ਸੱਤਾ ਹਾਸਲ ਕਰਨ ਲਈ ਝੂਠ 'ਤੇ ਝੂਠ, ਝੂਠ 'ਤੇ ਝੂਠ ਬੋਲਣ ਲੱਗੇ ਹੋਏ ਨੇ। ਅਤੇ ਮੈਂ ਆਸ ਕਰਦਾ ਕਿ ਇਹ ਦੋ ਸਵਾਲਾਂ ਦਾ ਮੇਰਿਆਂ ਦਾ ਇਹ ਅਕਾਲੀ ਦਲ ਬਾਦਲ ਵੱਲੋਂ ਕੋਈ ਨਾ ਕੋਈ ਵਿਅਕਤੀ ਇਹਦਾ ਜ਼ਰੂਰ ਜਵਾਬ ਦੇਵੇ ਤਾਂ ਕਿ ਲੋਕਾਂ ਦੇ ਸਾਹਮਣੇ ਆਵੇ ਕਿ ਵਾਕਈ ਜਿਹੜੀਆਂ ਗੱਲਾਂ ਕਹਿੰਦੇ ਉਹਨਾਂ 'ਚ ਕਿੰਨੀ ਸੱਚਾਈ ਹੈ। ਤੁਸੀਂ ਦੇਖਿਆ ਪਰਮਿੰਦਰ ਸਿੰਘ ਢੀਂਡਸਾ ਨੇ ਸਿੱਧੇ ਤੌਰ 'ਤੇ ਸੁਖਬੀਰ ਬਾਦਲ ਅਤੇ ਅਕਾਲੀ ਦਲ 'ਤੇ ਨਿਸ਼ਾਨੇ ਸਿੱਧੇ ਨੇ। ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਦਾ ਕਦੇ ਵੀ ਅਕਾਲੀ ਦਲ ਨੇ ਵਿਰੋਧ ਨਹੀਂ ਕੀਤਾ। ਜਦੋਂ ਲੋਕਾਂ ਨੇ ਉਹਨਾਂ 'ਤੇ ਦਬਾਅ ਬਣਾਇਆ, ਜਦੋਂ ਉਹਨਾਂ ਨੂੰ ਆਪਣੀ ਸਿਆਸਤ ਖੋਸਦੀ ਦਿਖੀ ਤਾਂ ਉਹਨਾਂ ਨੇ ਆਪਣੇ ਅਸਤੀਫੇ ਦਿੱਤੇ ਨੇ, ਤਾਂ ਉਹ ਵਾਪਸ ਕਿਸਾਨਾਂ ਨਾਲ ਖੜ੍ਹੇ ਆਪਣੇ ਆਪ ਨੂੰ ਸਾਬਿਤ ਕਰਨ ਵਿੱਚ ਲੱਗੇ ਹੋਏ ਨੇ। ਫਿਲਹਾਲ ਹੋਰ ਇਸ ਤਰ੍ਹਾਂ ਦੀ ਅਪਡੇਟ ਲਈ ਬਣੇ ਰਹੋ ਚੱਕਦੇ ਟੀਵੀ ਦੇ ਨਾਲ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ। 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। 7 ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚੰਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ। ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ, ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। 7082844950